ਸੰਘਰਸ਼ ਉਹ ਕੋਈ ਵੀ ਸੰਘਰਸ਼ ਜਿਹੜਾ ਠੀਕ ਹੈ ਉਹਨੇ ਸਾਰੀਆਂ ਚੀਜ਼ਾਂ ਨੂੰ ਧਿਆਨ ਦੇਣਾ ਕਿ ਇੱਥੇ ਠੀਕ ਹੋ ਰਿਹਾ ਜਾਂ ਨਹੀਂ ਹੋ ਰਿਹਾ ਜੇ ਬੱਚੇ ਉਹਦੇ ਡਰ ਤੇ ਚੱਲ ਕੇ ਜਾਂਦੇ ਆ ਉਹਨਾਂ ਨੂੰ ਕੋਈ ਸਮੱਸਿਆ ਤਾਂ ਉਹ ਡੀਸੀ ਦਾ ਫਰਜ਼ ਬਣਦਾ ਕਿ ਉਸ ਨੂੰ ਦੂਰ ਕਰੇ ਕਿਸੇ ਦੁੱਖ ਦੇ ਵਿੱਚ ਆ ਕਿਸੇ ਮੁਸੀਬਤ ਦੇ ਵਿੱਚ ਆ ਉਹਨਾਂ ਦਾ ਜਾ ਕੇ ਉਹ ਹੱਲ ਕਰਨ ਪੂਰੀ ਵਧੀਆ ਪਰਮਾਰ ਹੋਊਗੀ ਤਾਂ ਮੇਰੀ ਜ਼ਿੰਦਗੀ ਦਾ ਘਰ ਦਾ ਗੁਜ਼ਾਰਾ ਚੱਲੂਗਾ ਜਦੋਂ ਚੌਣ ਲੱਗਿਆ ਉਹਨੇ ਬਾਲੀ ਰੱਖੀ ਬਸ ਜੂੜ ਪਾਉਣਾ ਰਹਿ ਗਿਆ ਹੁਣ ਅਸੀਂ ਪਿਆਰ ਸਤਿਕਾਰ ਨਾਲ ਤਾਂ ਬਹੁਤ ਸਾਰੇ ਗੱਲਾਂ ਕਰ ਲੈਂਦੇ ਹਾਂ ਜੇ ਇਹਨਾਂ ਨੇ ਸਾਡੇ ਕੰਮ ਹੀ ਨਹੀਂ ਸਵਾਰਨੇ ਤਾਂ ਇੱਦਾਂ ਫਿਰ ਇਹਨਾਂ ਦਾ ਕੁਰਸੀਆਂ ਤੇ ਬੈਠਣ ਦਾ ਛੋਟੀਆਂ ਅੱਜ ਧਰਨੇ ਤੇ ਬੈਠੀਆਂ ਸਾਡੇ ਮੂੰਹ ਤੇ ਕਲੰਕ ਲੱਗ ਗਿਆ ਅੱਜ ਇਹ ਵੂਮਨ ਡੇ ਦੇ ਦਿਨ ਅੱਜ ਬਲੈਕ ਡੇ ਬਣ ਗਿਆ ਅੱਜ ਲਗਾਤਾਰ ਗੁਰੂ ਨਾਨਕ ਕਾਲਜ ਕੋਲਜ ਦਾ ਜਿਹੜਾ ਮਸਲਾ ਸੀਗਾ 9ਵੇਂ ਦਿਨ ਦੀ ਸਟ੍ਰਾਈਕ ਚੱਲ ਰਹੀ ਹੈ ਮੈਂ ਸਮਝਦਾ ਕਿ ਅੱਜ ਜਿੱਥੇ ਇੰਟਰਨੈਸ਼ਨਲ ਵੂਮਨ ਡੇ ਆ ਖੁਸ਼ੀ ਦਾ ਦਿਨ ਹੈ ਜਿੱਥੇ ਔਰਤਾਂ ਨੂੰ ਮਾਣ ਦੀ ਗੱਲ ਕੀਤੀ ਗਈ ਗੁਰੂ ਨਾਨਕ ਸਾਹਿਬ ਨੇ ਕਿਹਾ ਸੋ ਕਿਉਂ ਮੰਦਾ ਆਖਿਆ ਜਿੱਤ ਜੰਮੇ ਰਾਜਾਨ ਅੱਜ ਉਸ ਹੀ ਗੁਰੂ ਨਾਨਕ ਦੇ ਨਾਮ ਤੇ ਕਲੰਕ ਲਾ ਰਿਹਾ ਕਾਲਜ ਵਾਲੇ ਗੁਰੂ ਨਾਨਕ ਗਰਲਸ ਕਾਲਜ ਵਾਲੇ ਮੈਨੇਜਮੈਂਟ ਮੈਡਮ ਮਾਹਲ ਤੇ ਪ੍ਰਿੰਸੀਪਲ ਇਹਨਾਂ ਦੇ ਪ੍ਰੈਜ਼ੀਡੈਂਟ ਗੁਰਬੀਰ ਜੀ ਕਿਉਂਕਿ ਅੱਜ ਮੈਂ ਡੀਸੀ ਸਾਹਿਬ ਤੋਂ ਵੀ ਅਸੀਂ ਮੰਗ ਕੀਤੀ ਸੀ ਲੈਟਰ ਦਿੱਤੀ ਹੋਈ SD ਸਾਹਿਬ ਨੂੰ ਮਿਲ ਕੇ ਆਏ ਸੀਗੇ ਅੱਜ DC ਸਾਹਿਬ ਦਾ ਦੁਬਾਰਾ ਟਾਈਮ ਰੱਖਿਆ ਮੈਂ ਸਮਝਦਾ ਪ੍ਰਸ਼ਾਸਨ ਦੀ ਬੜੀ ਵੱਡੀ ਡਿਟੇਲ ਹੈ ਕਿਉਂਕਿ ਇੰਨੇ ਹਜ਼ਾਰਾਂ ਦੀ ਗਿਣਤੀ 'ਚ ਜਿਹੜੀਆਂ ਲੜਕੀਆਂ ਬੈਠੀਆਂ ਅੱਜ ਧਰਨਿਆਂ ਦੇ ਉੱਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਵੀ ਕਿਸੇ ਦੇ ਮਾਂ ਪਿਓ ਹੈਗੇ ਹਾਂ ਕਿਸੇ ਦੇ ਪੇਰੈਂਟਸ ਹੈਗੇ ਹਾਂ ਜਿਹੜੀ ਅੰਦਰ ਬੈਠੀ ਮਾਂ ਉਹਨੂੰ ਅੱਜ ਦੇਖ ਨਹੀਂ ਰਿਹਾ ਕਿ ਇਹ ਕੀ ਕੀਤਾ ਜਾ ਰਿਹਾ ਅਤੇ ਲਗਾਤਾਰ ਧੱਕਾ ਜਾ ਰਹੀ ਆ ਅਸੀਂ ਉਦੋਂ ਤੱਕ ਲੜਦੇ ਰਵਾਂਗੇ ਜਦ ਤੱਕ ਸਾਨੂੰ ਇਨਸਾਫ਼ ਨਹੀਂ ਮਿਲੂਗਾ ਕਿਸੇ ਦੀ ਵੀ ਕੋਈ ਵੀ ਗੱਲ ਤੱਕ ਨਹੀਂ ਸੁਣ ਰਹੇ ਸਾਨੂੰ ਸਿਰਫ ਏਦਾਂ ਸੀ ਇੱਕ ਵਾਰ ਮੈਮ ਆ ਕੇ ਬੱਚਿਆਂ ਨਾਲ ਗੱਲ ਕਰ ਲੈਣ ਗੱਲ ਉੱਥੇ ਈਵਨ ਖਤਮ ਹੁੰਦੀ ਸੀਗੀ ਮੈਮ ਬਟ ਬਾਹਰ ਆ ਕੇ ਕੋਈ ਗੱਲ ਨਹੀਂ ਸੁਣ ਰਹੇ 14 ਤਰੀਕ ਤੱਕ ਸਾਡੇ ਕਾਲਜ ਦੇ ਅੰਦਰ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਰਹਿਣਗੇ ਤੇ ਅਸੀਂ ਇਸ ਤੋਂ ਅੱਗੇ ਉੱਪਰ ਹੋਰ ਸਟੈਪ ਚੱਕਾਂਗੇ।